ਇੱਕ ਤੇਜ਼ ਰਫ਼ਤਾਰ ਵਾਹਨ ਦੀ ਗਲਤੀ ਕਾਰਨ ਇਹ ਪਰਿਵਾਰ ਹੀ ਉਜੜ ਗਿਆ ਜੋ ਮੋਟਰਸਾਈਕਲ ਤੇ ਜਾ ਰਿਹਾ ਸੀ। ਮੋਟਰਸਾਈਕਲ ਤੇ ਸਵਾਰ ਪਤੀ ਪਤਨੀ ਤੇ ਉਹਨਾਂ ਦੇ 2 ਸਾਲ ਦੇ ਬੱਚੇ ਨੂੰ ਤੇਜ਼ ਰਫ਼ਤਾਰ ਵਾਹਨ ਨੇ ਦਰੜ ਦਿੱਤਾ, ਜਿਸ ਕਾਰਨ ਪਤਨੀ ਦੀ ਮੌਕੇ ਤੇ ਹੀ ਮੌਤ ਹੋ ਗਈ। ਜਦੋਂ ਕਿ ਬੱਚੇ ਨੂੰ ਜਦੋਂ ਹਸਪਤਾਲ ਲਿਆਂਦਾ ਗਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਉੱਥੇ ਹੀ ਪਿਤਾ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਹ ਘਟਨਾ ਫਿਲੌਰ ਤੋਂ ਸਾਹਮਣੇ ਆਈ ਹੈ, ਜਿੱਥੇ ਇਹ ਦਰਦਨਾਕ ਹਾਦਸਾ ਵਾਪਰਿਆ। ਅਣਪਛਾਤੇ ਵਾਹਨ ਦੇ ਵੱਲੋਂ ਮੋਟਰਸਾਈਕਲ ਨੂੰ ਟੱਕਰ ਮਾਰੀ ਗਈ, ਜਿਸ ਕਾਰਨ ਮੋਟਰਸਾਈਕਲ ਤੇ ਸਵਾਰ 26 ਸਾਲ ਦੀ ਲੜਕੀ ਜਿਸਦਾ ਨਾਮ ਸੋਮਾ ਸੀ ਉਸਦੀ ਮੌਤ ਹੋ ਗਈ, ਜਦੋਂ ਕਿ ਉਸਦੇ 2 ਸਾਲ ਦੇ ਬੱਚੇ ਗੁਰਪ੍ਰੀਤ ਸਿੰਘ ਨੇ ਸਿਵਲ ਹਸਪਤਾਲ ਦੇ ਵਿੱਚ ਜਾ ਕੇ ਆਪਣਾ ਦਮ ਤੋੜ ਦਿੱਤਾ। ਉੱਥੇ ਹੀ ਬੱਚੇ ਦੇ ਪਿਤਾ ਵਿਨੋਦ ਕੁਮਾਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਸ ਨੂੰ ਗੁੱਝੀਆਂ ਸੱਟਾਂ ਲੱਗੀਆਂ ਨੇ, ਜਿਸਦਾ ਸਿਵਲ ਹਸਪਤਾਲ ਫਿਲੌਰ 'ਚ ਇਲਾਜ ਚੱਲ ਰਿਹਾ। ਉੱਥੇ ਹੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਟੱਕਰ ਮਾਰਨ ਵਾਲੇ ਵਾਹਨ ਚਾਲਕ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਇਸ ਸਾਰੇ ਹਾਦਸੇ ਤੋਂ ਬਾਅਦ ਪਰਿਵਾਰ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ। ਭਾਜੀ ਕੀ ਨਾਮ ਹੈ ਤੁਹਾਡਾ, ਕੀ ਗੱਲਬਾਤ, ਕਿੱਥੋਂ ਆਉਂਦੇ ਸੀ? ਜਠੇਰਿਆਂ ਤੋਂ ਆਉਂਦੇ ਸੀ। ਵਿਨੋਦ ਕੁਮਾਰ, ਕੀ ਹੋਇਆ ਸੀ? ਅਪਰੇ ਦੇ ਰਾਹ ਚੋਂ ਜੀ 1 ਵਜੇ ਤਾਂ ਸਾਈਡ ਮਿਲ ਗਈ ਆ, ਦੂਸਰੀ ਵਜੇ ਸਾਈਡ ਲੈਣ ਲੱਗੇ, ਸਾਈਡ ਨਹੀਂ ਮਿਲੀ। ਜਿੱਦਾਂ ਇਹਨਾਂ ਨੇ ਵੀ ਬੋਰ ਟਰੱਕ ਭਜਾਇਆ, ਸਾਈਡ ਦੋਨਾਂ ਨੇ ਦਿੱਤੀ ਤੇ ਮੈਂ ਹੌਲੀ ਵੀ ਬਹੁਤ ਕੀਤਾ ਜਦੋਂ ਪਹਿਲੀ ਵਾਰੀ ਹੋਈ ਏਦਾਂ, ਤੇ ਭਾਜੀ ਹੁਣਾਂ ਨੇ ਸਾਈਡ ਨਹੀਂ ਦਿੱਤੀ ਤੇ ਜਦੋਂ ਗੱਡੀ ਵਾਲੇ ਵੀ ਬਹੁਤ ਤੇਜ਼ ਆਇਆ, ਉਹਨੇ ਉਹ ਉੱਪਰ ਮਤਲਬ ਲੰਘ ਚੱਲਿਆ ਸੀਗਾ ਤੇ ਫਿਰ ਐਕਸੀਡੈਂਟ ਉੱਥੇ ਹੋ ਗਿਆ ਜੀ। ਗੁਰਪ੍ਰੀਤ, ਮੇਰੇ ਗੁੱਝੀਆਂ ਲੱਗੀਆਂ ਜੀ। ਗੱਡੀ ਚਾਲਕ ਜਿਹੜਾ ਸੀ ਫਰਾਰ ਹੋ ਗਿਆ? ਹਾਂਜੀ, ਉਹ ਫਰਾਰ ਹੋ ਗਿਆ। ਇਹ ਜੀ ਸਾਡੇ ਪਿੰਡ ਦਾ ਇੱਕ ਲੜਕਾ ਵਿਨੋਦ ਕੁਮਾਰ, ਨਾਲ ਉਹਦੀ ਲੜਕੀ, ਉਹਦੀ ਵਾਈਫ ਜਿਹੜੀ ਆ ਸੋਮਾ ਰਾਣੀ, ਨਾਲ ਬੱਚਾ ਸੀ ਤਕਰੀਬਨ 2 ਸਾਲ ਦਾ, ਜਿਹੜੇ ਆਪਣੇ ਕਿਸੇ ਜਗ੍ਹਾ ਤੋਂ ਮੱਥਾ ਟੇਕ ਕੇ ਆ ਰਹੇ ਸੀ ਮੇਲੇ ਤੋਂ। ਆਉਂਦੇ ਹਾਂ ਉਹਨਾਂ ਦੇ ਵਿੱਚ ਕੋਈ ਹੈਵੀ ਵੇਟ ਜਿਹੜੀ ਗੱਡੀ ਵੱਜੀ ਆ, ਕੋਈ ਦੱਸਣ ਯੋਗ ਆ ਵੀ ਟਰੱਕ, ਵੱਡਾ ਟਰੱਕ ਜਿਹੜੀ 10 ਚੱਕੀ ਗੱਡੀ ਆ, ਉਹਦੇ ਨਾਲ ਜਿਹੜਾ ਲੜਕੀ ਦੀ ਜਿਹੜੀ ਮੌਕੇ ਤੇ ਮੌਤ ਹੋ ਗਈ, ਔਰ ਜਿਹੜਾ 2 ਸਾਲ ਦਾ ਬੱਚਾ ਸੀ ਉਹ ਜੇਰੇ ਇਲਾਜ ਜਿਹੜਾ ਸਰਕਾਰੀ ਹਸਪਤਾਲ ਲਿਆਂਦਾ ਗਿਆ, ਇੱਥੇ ਉਹਨੂੰ ਡਾਕਟਰਾਂ ਵੱਲੋਂ ਮ੍ਰਿਤ ਘੋਸ਼ਿਤ ਕੀਤਾ ਗਿਆ। ਹਾਂਜੀ ਸਰ, ਹਾਂਜੀ ਹਾਂਜੀ, ਤੇ ਵਿਨੋਦ ਕੁਮਾਰ ਦੇ ਵੀ ਇਹਦੇ ਵਿੱਚ ਕਾਫੀ ਜਿਹੜੀਆਂ ਸੱਟਾਂ ਲੱਗੀਆਂ। ਕੀ ਲੱਗਦਾ ਕਿ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਆ ਕਿ ਕੌਣ ਸੀ? ਪ੍ਰਸ਼ਾਸਨ ਦੇ ਨਾਲ ਜੀ ਸਾਡੀ ਗੱਲ ਹੋ ਗਈ ਆ, ASI ਹਰਜੀਤ ਜੀ ਦੇ ਨਾਲ, ਐਸ.ਆਈ ਸਾਹਿਬ ਦੇ ਨਾਲ, ਚੌਂਕੀ ਇੰਚਾਰਜ ਅਪਰਾ, ਉਹਨਾਂ ਨੇ ਗੱਡੀ ਟਰੇਸ ਕਰ ਲਈ ਹੈ ਤੇ ਗੱਡੀ ਇਹਨਾਂ ਦੇ ਦੱਸਣ ਆਈ ਆ ਵੀ ਅਸੀਂ ਗੱਡੀ ਵਾਲਾ ਜਿਹੜਾ ਬੰਦਾ ਤਕਰੀਬਨ ਫੜ ਵੀ ਲਿਆ। ਇਹ ਆਪਣੇ ਮੋਟਰਸਾਈਕਲ ਤੇ ਆ ਰਹੇ ਸੀ ਜੀ ਅਪਰਾ ਸਾਈਡ ਤੋਂ। ਹਾਂਜੀ, ਹਾਦਸਾ ਵਾਪਰ ਗਿਆ ਜੀ। ਹਾਂਜੀ, ਸਾਡੇ ਕੋਲ ਪਹਿਲਾਂ ਇੱਕ ਬੱਚੇ ਨੂੰ ਲੈ ਕੇ ਆਏ ਸੀ ਰੋਡ ਸਾਈਡ ਦੀ ਸਟੇਜ ਤੇ ਸੀ ਉਹਨਾਂ ਨੇ ਸਾਨੂੰ, ਠੀਕ ਹੈ, ਤੇ ਬੱਚੇ ਦੀ ਉਮਰ ਤਕਰੀਬਨ 2 ਸਾਲ ਦੀ ਸੀ। 2 ਸਾਲ ਦੇ, ਓਕੇ ਜੀ। ਬੱਚੇ ਦਾ ਕਿੱਦਾਂ ਦੇ ਹਾਲਾਤ? ਬੱਚਾ ਬਰੋਡ ਡੈਡ ਸੀ ਸਾਡੇ ਕੋਲ। ਬਰੋਡ ਡੈਡ ਸੀ। ਇੱਕ ਲੇਡੀਜ਼ ਵੀ ਆਈ ਆ? ਹਾਂਜੀ, ਇੱਕ ਪੁਲਿਸ ਵਾਲਿਆਂ ਨੇ ਹੋਰ ਬੋਡੀ ਜਮ੍ਹਾਂ ਕਰਾਈ, ਇੱਕ ਲੇਡੀਜ਼ ਸੀ, ਉਹ ਵੀ ਐਕਸੀਡੈਂਟ ਨਾਲ ਹੀ। ਕਿੰਨੀ ਉਮਰ ਹੋਣੀ ਜੀ? ਲਗਭਗ 22 ਸਾਲ। 22 ਸਾਲ, 22 ਸਾਲ ਕੀ ਐਕਸੀਡੈਂਟ ਕੇਸ ਹੈ ਮਤਲਬ? ਹਾਂਜੀ, ਐਕਸੀਡੈਂਟ ਕੇਸ ਹੈ ਕਿਹਾ ਗਿਆ ਹੈ। ਕਿੱਥੇ ਦੇ ਰਹਿਣ ਵਾਲੇ ਪਤਾ ਕੁਛ? ਗੰਨਾ ਪਿੰਡ ਨਾਲ ਲਿਖਾ।
ਇਹ ਬਜ਼ਰੀਆ ਟੈਲੀਫੋਨ ਇਤਲਾਹ ਮਿਲੀ ਸੀ ਕਿ ਇੱਕ ਮੋਟਰਸਾਈਕਲ 'ਤੇ ਇੱਕ ਪਰਿਵਾਰ ਦੇ ਤਿੰਨ ਜੀ ਵਿਨੋਦ ਕੁਮਾਰ ਪੁੱਤਰ ਪ੍ਰੇਮ, ਜੋਤੀ ਪਤਨੀ ਵਿਨੋਦ ਕੁਮਾਰ, ਇੱਕ ਇਹਨਾਂ ਦਾ ਛੋਟਾ ਬੱਚਾ ਸੀ ਗੁਰਪ੍ਰੀਤ 2 ਸਾਲ ਦਾ, ਇਹ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਜਠੇਰਿਆਂ ਦੇ ਮੇਲੇ ਤੋਂ ਵਾਪਸ ਗੰਨਾ ਪਿੰਡ ਨੂੰ ਜਾ ਰਹੇ ਸੀ, ਜਿਨ੍ਹਾਂ ਦਾ ਖਾਨਪੁਰ ਪਿੰਡ ਦੇ ਨੇੜੇ ਪੁਲ ਨਹਿਰ ਦੇ ਲਾਗੇ ਐਕਸੀਡੈਂਟ ਹੋਇਆ, ਜਿਹਦੇ ਵਿੱਚ ਅਸੀਂ ਮੌਕੇ 'ਤੇ ਆਏ ਸੀ, ਜਿੱਥੇ ਜੋਤੀ ਦੀ ਮੌਕੇ 'ਤੇ ਹੀ ਡੈਥ ਹੋ ਗਈ ਸੀ, ਛੋਟੇ ਬੱਚੇ ਗੁਰਪ੍ਰੀਤ ਦੀ ਜਿਹੜੀ ਹੌਸਪੀਟਲ ਆ ਕੇ ਡੈਥ ਹੋਈ ਹੈ, ਅਤੇ ਜਿਹੜਾ ਮੋਟਰਸਾਈਕਲ ਚਲਾਉਂਦਾ ਸੀ ਵਿਨੋਦ ਕੁਮਾਰ, ਉਹਦੇ ਸੱਟਾਂ ਘੱਟ ਲੱਗੀਆਂ ਨੇ, ਉਸ ਦੇ ਬਿਆਨ ਲੈ ਕੇ ਜੋ ਵੀ ਗੱਡੀ ਵਾਲੇ ਦੇ ਖਿਲਾਫ ਆ ਉਹ ਕਾਰਵਾਈ ਕੀਤੀ ਜਾਵੇਗੀ। ਨਹੀਂ, ਉਹਦੇ ਬਾਰੇ ਅਜੇ ਕੋਈ ਐਡਾ ਨਹੀਂ ਪਤਾ ਲੱਗਾ, ਉੱਥੋਂ ਗੱਡੀ ਜਿਹੜੀ ਮੌਕੇ ਤੋਂ ਦੌੜ ਗਈ ਸੀ, ਅਤੇ ਜਿਹੜੇ ਵਿਨੋਦ ਕੁਮਾਰ ਦੇ ਬਿਆਨ ਦੇ ਮੁਤਾਬਕ ਵੀ ਕਿਹੜਾ ਵਹੀਕਲ ਵਿੱਚ ਲੱਗਾ ਉਹਦੇ ਮੁਤਾਬਕ ਫਿਰ ਉਸ ਵਹੀਕਲ 'ਤੇ ਕਾਰਵਾਈ ਕੀਤੀ ਜਾਵੇ। ਸੀਸੀਟੀਵੀ ਕੈਮਰਾ ਚੈੱਕ? ਨਹੀਂ, ਉੱਥੇ ਨੇੜੇ ਕੋਈ ਵੀ ਸੀਸੀਟੀਵੀ ਕੈਮਰਾ ਨਹੀਂ ਹੈ, ਕਿਉਂਕਿ ਉਹ ਸੜਕ ਨਹਿਰ 'ਤੇ ਕੋਈ ਵੀ ਆਲੇ ਦੁਆਲੇ ਵੱਸੋਂ ਨਹੀਂ ਹੈਗੀ। ਅਤੇ ਜਿਹੜੀ ਲੜਕੀ ਜੋਤੀ ਹੈ ਇਹਦੀ ਵਿਨੋਦ ਕੁਮਾਰ ਦੀ ਵਾਈਫ, ਉਹਦੀ ਡੈਥ ਮੌਕੇ 'ਤੇ ਹੋ ਗਈ ਸੀ, ਅਤੇ ਜਿਹੜਾ ਛੋਟਾ ਬੱਚਾ ਆ ਗੁਰਪ੍ਰੀਤ ਸਿੰਘ ਉਹਦੀ ਹੌਸਪੀਟਲ ਆ ਕੇ ਡੈਥ ਹੋਈ ਹੈ। ਨਹੀਂ, ਬਿਆਨ ਅਜੇ ਹੋਣੇ ਆ, ਕਿਉਂਕਿ ਜਿਹੜਾ ਮੋਟਰਸਾਈਕਲ ਚਲਾਉਂਦਾ ਸੀ ਉਹਦਾ ਟ੍ਰੀਟਮੈਂਟ ਚੱਲ ਰਿਹਾ ਵਿਨੋਦ ਕੁਮਾਰ ਦਾ, ਅਤੇ ਜਦੋਂ ਡਾਕਟਰ ਸਾਹਿਬ ਫਿੱਟ ਦੇਣਗੇ ਉਹਦੀ ਸਟੇਟਮੈਂਟ ਲੈ ਕੇ ਫਿਰ ਕਾਰਵਾਈ ਕਰਾਂਗੇ।